ਨਮਸਕਾਰ ਐਂਡ ਵੈਲਕਮ ਟੂ ਮਾਈ ਚੈਨਲ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਨਵਾਂ ਨਾਵਲ ਲੈ ਕੇ ਪੇਸ਼ ਹੋਈ ਹਾਂ ਜਿਸ ਦਾ ਨਾਂ ਹੈ ਪਰਸਾ ਤੇ ਜੋ ਕਿ ਗੁਰਦਿਆਲ ਸਿੰਘ ਜੀ ਦੀ ਰਚਨਾ ਹੈ ਪਲਾੜੇ ਦੇ ਮੇਲੇ ਤੋਂ ਮੁੜਦਿਆਂ ਸਰੂਪਾ ਸਾਰੇ ਰਾਕ ਕੋਰ ਪਾਂਡਵਾਂ ਦੀਆਂ ਕਹਾਣੀਆਂ ਸੁਣਾਉਂਦਾ ਆਇਆ ਸੀ ਪਰ ਸੂਏ ਦੇ ਨੇੜੇ ਆ ਕੇ ਛਿਪਦੇ ਸੂਰਜ ਵੱਲ ਝਾਕਦਿਆਂ ਉਸਨੇ ਪ੍ਰਸੰਗ ਬਦਲ ਲਿਆ ਜਦੋਂ ਨਰਸਿੰਘ ਅਵਤਾਰ ਧਾਰ ਕੇ ਵਿਸ਼ਨੂੰ ਨੇ ਹਰਨਾਖਸ਼ ਦਾ ਵਧ ਕੀਤਾ ਉਦੋਂ ਬਸ ਇਹੋ ਜਿਹੀ ਵੇਲਾ ਸੀ ਹਰਨਾਕਸ਼ ਨੇ ਬਰਮਾ ਤੋਂ ਬਰ ਲਿਆ ਸੀ ਬਈ ਨਾ ਮੈਂ ਦਿਨੇ ਮਰਾਂ ਨਾ ਰਾਤ ਨੂੰ ਨਾ ਦੇਵੀ ਦਿਉ ਤੇ ਮਰਾਂ ਨਾ ਨਰ ਤੇ ਨਾ ਸੁਰਨਾ ਸੁਰ ਤੋਂ ਨਾ ਕਿਸੇ ਹਥਿਆਰ ਨਾਲ ਮਰਾਂ ਨਾ ਅਗਨੀ ਚ ਸੜਾਂ ਨਾ ਧਰਤੀ ਤੇ ਮਰਾਂ ਨਾ ਛੱਤ ਹੇਠ ਨਾ ਬਾਹਰ ਅੰਬਰ ਹੇਠ ਇਸੇ ਕਰਕੇ ਵਿਸ਼ਨੂੰ ਨੇ ਨਰਸਿੰਘ ਅਵਤਾਰ ਧਾਰਿਆ ਜਿਹਦਾ ਉਤਲਾ ਧੜ ਸ਼ੇਰ ਦਾ ਸੀ ਤੇ ਹੇਠਲਾ ਬੰਦੇ ਦਾ ਫਿਰ ਡੈੜੀ ਤੇ ਬਹਿ ਕੇ ਪੱਟਾਂ ਤੇ ਸਿੱਟ ਕੇ ਨੌਂਦਰਾ ਨਾਲ ਉਹਦੇ ਢਿੱਡ ਨੂੰ ਪਾੜਿਆ ਉਦੋਂ ਆਹੀ ਵੇਲਾ ਸੀ ਨਾ ਦਿਨ ਨਾ ਰਾਤ ਸੂਰਜ ਅੰਦਰ ਬਾਹਰ ਸੀ ਕਹਾਣੀ ਅਜੇ ਅਦੂਰੀ ਸੀ ਬਚਨਾ ਮੱਗੋ ਤੇ ਮਾਲਾ ਕੁਝ ਛਿਜਕੇ ਤੇ ਫਿਰ ਯੂ ਰੁਕ ਗਏ ਜਿਵੇਂ ਸਾਹਮਣੇ ਸੱਪ ਦਿਸ ਗਿਆ ਹੋਵੇ ਸ਼ੱਕੀ ਨਜ਼ਰਾਂ ਨਾਲ ਪਹਿਲਾਂ ਸਾਹਮਣੇ ਸੂਏ ਦੀ ਪਟੜੀ ਵੱਲ ਝਾਂਕਦੇ ਰਹੇ ਫਿਰ ਖੱਬੇ ਸੱਜੇ ਨਿਗਾ ਮਾਰਨ ਲੱਗ ਪਏ ਪਰ ਜਦੋਂ ਪਛਾਣ ਦੇਖਿਆ ਤਾਂ ਸਰੂਪਾ ਸਰਕੜਿਆਂ ਦੇ ਓਲੇ ਪਤਾ ਨਹੀਂ ਛਲੇਡੇ ਵਾਂਗ ਕਿੱਧਰ ਛਿਤਮ ਹੋ ਗਿਆ ਸੀ ਆਪਣੇ ਹਥਿਆਰ ਸੋਗਮੀ ਨਾਲ ਸਾਹਮਣੇ ਉਹ ਤਿੰਨੇ ਜਦੋਂ ਪਟੜੀ ਵੱਲ ਵਧੇ ਤਾਂ ਦੁਸਾਂਗੀ ਕਿਕਰ ਦੇ ਓਲਿਓ ਨਿਕਲੇ ਦੋ ਸ਼ੱਕੀ ਬੰਦਿਆਂ ਨੇ ਉਹਨਾਂ ਦਾ ਅੱਗਾ ਆਵਲਿਆ ਦੋਹਾਂ ਨੇ ਮੰਡਾਸੀਆਂ ਨਾਲ ਮੂੰਹ ਕੱਸ ਕੇ ਪੋਥਿਆਂ ਦੇ ਲਾਂਗੜ ਮਾਰੇ ਹੋਏ ਸਨ ਇੱਕ ਕੋਲ 5.5 ਹੱਥ ਲੰਮਾ ਬਰਛਾ ਸੀ ਤੇ ਦੂਜੇ ਕੋਲ ਨਾਲ ਹੀ ਦੇਸੀ ਬੰਦੂਕ ਦੋਏ 4-4 ਹੱਥ ਲੰਮੇ ਜਵਾਨ ਤੇ ਹਿੱਕਾਂ ਮੋਢੇ ਪੂੜਾਂ ਵਰਗੇ ਨਰੋਇਤ ਚੋੜੇ ਉਹ ਤਿੰਨੇ ਥਾਂ ਹੀ ਖੜੁੱਤੇ ਰਹੇ ਤੁਸੀਂ ਟਿੱਬਿਆਂ ਵਾਲੀ ਭੈਣੀ ਵਾਲੇ ਹੋ ਨਾ ਬੰਦੂਖ ਵਾਲੇ ਨੇ ਉਹਨਾਂ ਨਾਲ ਸਿੱਧੀ ਗੱਲ ਕਰਦਿਆਂ ਖਰਮੀਂ ਆਵਾਜ਼ ਵਿੱਚ ਕਿਹਾ ਹਾਂ ਤਾਂ ਸਾਂਵੇਂ ਬਾਈਆਂ ਦਾ ਕਿਹੜਾ ਨਗਰ ਹੈ ਬਚਨੇ ਨੇ ਠਰਮੇ ਨਾਲ ਪੁੱਛਿਆ ਲੱਗ ਜਾਂਦਾ ਪਤਾ ਹੁਣੇ ਬੰਦੂਖ ਵਾਲਾ ਫੇਰ ਬੋਲਿਆ ਪਹਿਲਾਂ ਆਪਦੇ ਹਥਿਆਰ ਪੁੰਜੇ ਸਿੱਟ ਦਿਓ ਉਹਨਾਂ ਨੇ ਤਿੱਖੀ ਨਜ਼ਰ ਨਾਲ ਦੇਖਿਆ ਬਰਛੇ ਵਾਲਾ ਅਜੇ ਤਾਂ ਹੀ ਥੰਮ ਸਿੱਧਾ ਹੀ ਖੜੋਤਾ ਸੀ ਜਿਵੇਂ ਕਿ ਗੁੰਗਾ ਹੋਵੇ ਗੱਲ ਤਾਂ ਠੀਕ ਹੈ ਬਚਨਾ ਉੱਥੇ ਸਥਿਰ ਆਵਾਜ਼ ਵਿੱਚ ਬੋਲਿਆ ਪਰ ਐ ਭਰਾਵਾ ਹਥਿਆਰ ਕਿਵੇਂ ਸਿੱਟੇ ਜਾਂਦੇ ਆ ਰੋਟੀਆਂ ਤਾਂ ਅਸੀਂ ਵੀ ਥੋੜੇ ਜਿੰਨੀਆਂ ਹੀ ਖਾ ਜਾਣੇ ਆ ਤਿੰਨ ਚਾਰ ਫੇਰ ਠੀਕ ਐ ਹੋ ਲੋ ਤਕੜੇ ਪਰ ਨਿਸ਼ਾਨਾ ਲਾਉਣ ਲਈ ਅਜੇ ਬੱਟ ਮੋਢੇ ਨਾਲ ਵੀ ਪੂਰੀ ਤਰ੍ਹਾਂ ਨਹੀਂ ਸਿਲਾਇਆ ਕਿ ਬੰਦੂਕ ਦੇ ਦੋ ਟੋਟੇ ਹੋ ਕੇ ਪੁੰਜੇ ਡਾ ਡਿੱਗੀ ਤੇ ਨਾਲ ਹੀ ਬਿਜਲੀ ਦੇ ਕੜਾਕੇ ਵਾਂਗੂ ਸਰੂਪੇ ਦੀ ਆਵਾਜ਼ ਸੁਣਾਈ ਦਿੱਤੀ ਹੋਈ ਜਵਾਨਾਂ ਤਕੜਾ ਤੇ ਉਦੋਂ ਹੀ ਬੰਦੂਕ ਵਾਲਾ ਗਰੋਲੀ ਵਾਂਗ ਰੁੜਦਾ ਖਤਾਨਾ ਵਿੱਚ ਜਾ ਡਿੱਗਿਆ ਬਰਛੇ ਵਾਲੇ ਦੇ ਜਿਵੇਂ ਆਉਣ ਸਾਨ ਮਰ ਗਏ ਉਹਨੇ ਸੰਭਲਣ ਤੋਂ ਪਹਿਲਾਂ ਹੀ ਬਚਨੇ ਨੇ ਬਿੱਲੇ ਵਾਂਗ ਛਾਲ ਮਾਰ ਕੇ ਗੰਡਾਸੀ ਦੇ ਇੱਕੋ ਵਾਰ ਨਾਲ ਬਰਛੇ ਨੂੰ ਗੰਨੇ ਵਾਂਗ ਵਿਚਕਾਰੋਂ ਟੁੱਕ ਦਿੱਤਾ ਨੇ ਹੱਥਾਂ ਹੋਇਆ ਬਰਛੇ ਵਾਲਾ ਜਦੋਂ ਸੂਏ ਉਤੋਂ ਛਾਲ ਮਾਰਨ ਲੱਗਿਆ ਤਾਂ ਮੋਲੇ ਦੇ ਮੰਗੋ ਦੀਆਂ ਡਾਂਗਾਂ ਤੇ ਥੜਕਾਵੇਂ ਵਾਰ ਨਾਲ ਅਗਲੀ ਪਟੜੀ ਉੱਤੇ ਮੁੱਦੇ ਮੂੰਹ ਜਾ ਡਿੱਗਿਆ ਫੇਰ ਉਹਨੂੰ ਉੱਠ ਕੇ ਛਿੜੀ ਵੱਲ ਭੱਜਦੇਆਂ ਦੇਖਿਆ ਤਾਂ ਮੁਹੱਲੇ ਤੋਂ ਬੋਲੇ ਬਿਨਾ ਰਹਿਣਾ ਨਹੀਂ ਗਿਆ ਦੁਰਫਿੱਟੇ ਮੂੰਹ ਵੱਡੇ ਸੂਰਵੇਂ ਮਾਂ ਦੇਣੀਓ ਆ ਭੱਜਣਾ ਸੀ ਤਾਂ ਆਏ ਕਿਉਂ ਸੀ ਫੇਰ ਓਏ ਓਏ ਮੂਰਖਾ ਬਚਨੇ ਨੇ ਉਹਨੂੰ ਪੈੜੀ ਗੱਲ ਦੇਣ ਤੋਂ ਪਹਿਲਾਂ ਹੀ ਛਿੜ ਗਿਆ ਜ਼ੁਬਾਨ ਗੰਦੀ ਮਤ ਕਰੋ ਜਿਹੜਾ ਕਾਂਢੀ ਦਿਖਾ ਗਿਆ ਉਹਦੇ ਨਾਲ ਆਪਾਂ ਕੀ ਲੈਗਾ ਦੇਗਾ ਮੋਲੇ ਦੇ ਮੱਗੋ ਦੀਆਂ ਚਿੱਤ ਚਿੱਚ ਹੀ ਰਹਿ ਗਈਆਂ ਭਾਈ ਜੀ ਤੂੰ ਨਾ ਆਫਦੀ ਬਾਣ ਛੱਡੀ ਕਦੇ ਤਾਂ ਚਿੱਤ ਹੋਲਾ ਕਰਦੇ ਅਗਰ ਬੰਦੇ ਨੂੰ ਮੋਲੇ ਨੇ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ ਪਰ ਹੁਣ ਬਚਨੇ ਨੇ ਸਰੂਪੇ ਦਾ ਧਿਆਨ ਉਹਨਾਂ ਵੱਲ ਨਹੀਂ ਸੀ ਉਹ ਖਤਾਨ ਵਿੱਚ ਡਿੱਗੇ ਪਏ ਬੰਦੂਖ ਵਾਲੇ ਦੇ ਸੂਰਤ ਵਿੱਚ ਆਉਣ ਦੀ ਆਸ ਲਈ ਤੇ ਆਪਣੇ ਹਥਿਆਰ ਉਗਾਸੀ ਚਾਰੇ ਪਾਸਿਓ ਸੁਚੇਤ ਹੋਏ ਉਹਦੇ ਸਿਰ ਤੇ ਚੜੇ ਖੜੋਤੇ ਸਨ ਪਰ ਬੰਦੂਖ ਵਾਲੇ ਨੂੰ ਖਾਸਾ ਚੇਰ ਸੂਰਤ ਨਹੀਂ ਆਈ ਆਓ ਹੁਣ ਚੱਲੀਏ ਮੋਲੇ ਨੇ ਬੰਦੂਖ ਨਾਲ ਦੋਏ ਟੋਟੀਆਂ ਚੁੱਕਦਿਆਂ ਹੋਇਆ ਕਿਹਾ ਸਰੂਪੇ ਬਾਂਮਣ ਦੇ ਵਾਰ ਮਗਰੋਂ ਇਹ ਹੁਣ ਕਿਧਰੋਂ ਰਾਮ ਰਾਮ ਕਰਦਾ ਉੱਠ ਕੇ ਬਹਿ ਜਾਉ ਉਦロイ ਮੱਗੋ ਨੇ ਵੀ ਸੂਏ ਦੇ ਪਾਣੀ ਵਿੱਚ ਡਿੱਗਿਆ ਬਰਛੇ ਦੇ ਫਲ ਵਾਲਾ ਟੋਟਾ ਕੱਢਦਿਆਂ ਕਿਹਾ ਆਹ ਨਿਸ਼ਾਨੀ ਵੀ ਲੈ ਹੀ ਚਲੀਏ ਪਿੰਡ ਵੜਨ ਜੋਗੇ ਤਾਂ ਹੋ ਜਾਣਗੇ ਪਿੰਡ ਵੜਨ ਜੋਗੇ ਤਾਂ ਚੰਗੀ ਤਰ੍ਹਾਂ ਹੋ ਜਾਂਦੇ ਜੇ ਭਾਈ ਜੀ ਤੇ ਸਰੂਪਾ ਆਹ ਬੰਦੂਖ ਵਾਲੇ ਦੇ ਇੱਕੋ ਡੰਗ ਹੋਰ ਮਾਰ ਦਿੰਦੇ ਮੋਲੇ ਨੇ ਪਿੰਡਵਾਲ ਤੁਰਦੇ ਆਖਿਆ ਹੈ ਖਾਂ ਸ਼ਰਮ ਨਹੀਂ ਆਉਂਦੀ ਟਿੱਗੇ ਪਏ ਨੇ ਹੱਥੇ ਬੰਦੇ ਦੇ ਕੀ ਵਾਰ ਕਰਨਾ ਸੂਰਮਿਆਂ ਦਾ ਕੰਮ ਹੈ ਮੂਰਖਾ ਅਗਲੇ ਦਿਨ ਪਿੰਡ ਵਿੱਚ ਸੂਏ ਵਾਲੀ ਵਾਰਦਾਤ ਦੀਆਂ ਗੱਲਾਂ ਹੁੰਦੀਆਂ ਰਹੀਆਂ ਵੱਡੇ ਬਜ਼ੁਰਗ ਸਭ ਖੁਸ਼ ਸਨ ਮੁੰਡਿਆਂ ਨੇ ਪਿੰਡ ਦੀ ਇੱਜ਼ਤ ਬਚਾ ਲਈ ਸੀ ਜੇ ਆਪ ਸੱਟਾਂ ਖਾ ਕੇ ਮੁੜਦੇ ਤਾਂ ਸਾਰੇ ਇਲਾਕੇ ਵਿੱਚ ਹੀਠੀ ਹੋਣੀ ਸੀ ਅਣਜਕੀ ਮੰਢੀਰ ਉਹ ਖਤਾਨ ਦੇਖਣ ਵੀ ਤੁਰ ਪਈ ਜਿੱਥੇ ਬੰਦੂਖਾ ਵਾਲਾ ਬੇਸੁਰਤ ਪਿਆ ਦੱਸੀਦਾ ਸੀ ਪਰ ਉੱਥੇ ਪਰਲੀ ਪੱਟੀ ਤੋਂ ਅਗਾ ਟਿੱਬੀ ਉੱਤੇ ਸਤਾਰੇ ਠਾਰੀ ਢੋੜੀ ਤੋਂ ਜੁੱਤੀ ਦੇ ਨਿਸ਼ਾਨਾਂ ਤੋਂ ਲੈ ਆਵਾ ਕੁਝ ਵੀ ਨਹੀਂ ਸੀ ਆਥਣੇ ਬਚਨਾ ਸਰੂਪੇ ਕੇ ਖੇਤ ਵੱਦੀ ਖਾਲ ਵੱਲ ਵੱਟ ਤੇ ਬਹਿ ਕੇ ਰਾਤ ਵਾਲੀ ਗੱਲ ਕਰਦਾ ਹੋਇਆ ਬੋਲਿਆ ਹੈ ਬਈ ਬਾਜੇ-ਬਾਜੇ ਬੰਦੇ ਕੈਸੇ ਸੁਣਨੇ ਹੁੰਦੇ ਆ ਪਲੇ ਲੋਕਾ ਇਹ ਟੁੰਬਾ ਤੂੰ ਚੱਕਦਾ ਹੀ ਕਾ ਨੂੰ ਐ ਜੇ ਕੋੜਾ ਨਹੀਂ ਦੱਬਣਾ ਹੁੰਦਾ ਜੇ ਚੱਕ ਲਈਦਾ ਫਿਰ ਅੱਗਾ ਪਿੱਛਾ ਕੀ ਤੱਕਣਾ ਵਾਰਾ ਦੇ ਤੈਂ ਤੈਂ ਇਹੋ ਜੇ ਮੋਕੇ ਬਾਜ਼ਾਰਾਂ ਚ ਪੈਣ ਦਾ ਕੀ ਮਤਲਬ ਲੱਗ ਗਿਆ ਪਟੜੀ ਤੋਂ ਖੜੋ ਕੇ ਬਖਿਆਨ ਕਰਨ ਹੈ ਬਾਈ ਅਕਲ ਦੇਖ ਤੂੰ ਕਰਮੀ ਚੰਗੇ ਸੀ ਭਲੇ ਲੋਕ ਦੇ ਜਿਹੜੀ ਮੁੜ ਕੇ ਸੁਰਤੀ ਨਾ ਆਈ ਨਹੀਂ ਗਵਾਲੀ ਸੀ ਜਾਨ ਆਪਣੇ ਕਮਲੇ ਨੇ ਸਰੂਪਾ ਪਾਣੀ ਲਾਉਂਦਾ ਹੋਇਆ ਉਹਦੀਆਂ ਗੱਲਾਂ ਸੁਣਦਾ ਫਿਰਿਆ ਪਰ ਆਪ ਕੁਝ ਨਹੀਂ ਬੋਲਿਆ ਹੰਗੂਰਾ ਜ਼ਰੂਰ ਪੜਦਾ ਰਿਹਾ ਖਤਾਨਾਂ ਵਾਲੀ ਵਾਰਦਾਤ ਤੋਂ 30 ਬਰੇ ਮਗਰੋਂ ਉਸੇ ਥਾਂ ਫੇਰ ਵਾਕਾ ਹੋਇਆ ਸਰੂਪੇ ਦਾ ਪਰਸਾ ਬਚਨੇ ਦਾ ਪ੍ਰਧਾਨਾ ਮੋਲੇ ਦਾ ਕਾਲੂ ਤੇ ਮੱਗੋ ਦਾ ਲੀਲੂ ਜਦੋਂ ਚੇਤ ਦੇ ਮਹੀਨੇ ਉਸ ਪਲਾੜ ਦੇ ਮੇਲੇੋਂ ਵਾਪਸ ਆ ਰਹੇ ਸਨ ਤਾਂ ਪਟੜੀ ਉੱਤੇ ਦਸਾਂਗੀ ਕਿਕਰ ਕੋਲ ਪੰਜ ਬੰਦੇ ਅਲੀ-ਅਲੀ ਕਰਕੇ ਉਹਨਾਂ ਨੂੰ ਆ ਪਏ ਤਿੰਨ ਮਗਰਲੇ ਪਾਸਿਓਂ ਤੇ ਦੋ ਮੋਹਰਿਓਂ ਹੋਇਓ ਤਕੜੇ ਜੇ ਪਿਓ ਦੇ ਪੁੱਤੋਂ ਤਾਂ ਹੁਣ ਜਾਇਓ ਨਾ ਮਗਰਲਿਆਂ ਵਿੱਚੋਂ ਇੱਕ ਨੇ ਲਲਕਾਰ ਕੇ ਕਿਹਾ ਅਸੀਂ ਵੀ ਸਾਵੇਂ ਆਪਦੇ ਘਰਦਿਆਂ ਤੋਂ ਪੁੱਛ ਕੇ ਲਿਓ ਜਾਕੇ ਉਹਨਾਂ ਦੇ ਵਾਰ ਕਰਨ ਤੋਂ ਪਹਿਲਾਂ ਹੀ ਪਰਸੇ ਦੀ ਸਹਨਤ ਨਾਲ ਉਹਨਾਂ ਨੇ ਚੋਹਾ ਨੇ ਪਿੱਠਾਂ ਜੋੜ ਕੇ ਹਥਿਆਰ ਉੱਗਰ ਲਈ ਤੇ ਜਦੋਂ ਡਾਂਗਾ ਗੰਡਾਸੀਆਂ ਗੜਿਆਂ ਵਾਂਗ ਵਰਨ ਲੱਗੇ ਤਾਂ ਸਰੂਪੇ ਵਾਂਗ ਹੀ ਪਰਸੇ ਨੇ ਇੱਕ ਦੋ ਵਾਰਾਂ ਨਾਲ ਉਹਨਾਂ ਦੀਆਂ ਡਾਂਗਾਂ ਦੇ ਦੋ ਦੋ ਟੋਕਿੱਟੇ ਕਰ ਦਿੱਤੇ ਜਦੋਂ ਉਹ ਦੋਵੇਂ ਨੇ ਹੱਥੇ ਹੋ ਕੇ ਸੋਏ ਤੋਂ ਛਾਲਾ ਮਾਰ ਕੇ ਲੰਘ ਰਹੇ ਸਨ ਤਾਂ ਪਰਸਾ ਉਹਨਾਂ ਦੇ ਮਗਰ ਨਹੀਂ ਭੱਜਿਆ ਪਿੱਛਾ ਭੌਂਕੇ ਦੇਖਿਆ ਬਾਕੀ ਤਿੰਨ ਵੀ ਪ੍ਰਧਾਨੇ ਹੁਰਾਂ ਦੇ ਕੁੱਟ-ਕੁੱਟ ਕੇ ਨਿਸਲ ਕਰ ਦਿੱਤੇ ਪਰ ਉਹਨਾਂ ਦੀ ਪੱਗਾਂ ਲਾ ਕੇ ਤਿੰਨਾਂ ਦੀਆਂ ਮੁਸ਼ਕਾਂ ਕੱਸ ਦਿੱਤੀਆਂ ਲੀਲੂ ਨੇ ਉਹਨਾਂ ਦੀਆਂ ਦੋ ਡਾਂਗਾਂ ਤੇ ਇੱਕ ਗੰਡਾਸੀ ਚੁੱਕ ਕੇ ਮੋਢੇ ਤੇ ਧਰਦਿਆਂ ਕਿਹਾ ਇਹ ਬੇਲੀਆਂ ਨੂੰ ਪਿੰਡ ਨਾਲ ਐ ਚੱਲੀਏ ਸੈਲ ਕਰਉਣ ਗਲੀਆਂ 'ਚ ਤੋਰੇ ਫਿਰਾਂਗੇ ਹੈ ਮੁਰਖ ਪ੍ਰਧਾਨੇ ਨੇ ਆਪਣੇ ਪਿਓ ਬਚਨੇ ਦੀ ਬੋਲੀ ਬੋਲਦਿਆਂ ਕਿਹਾ ਬਹਾਦਰ ਗਲੀਆਂ 'ਚ ਬਹਾਦਰੀ ਗਲੀਆਂ 'ਚ ਰੋਲੀ ਨਹੀਂ ਹੁੰਦੀ ਕਿਸੇ ਦੀ ਲੜਾਈ 'ਚ ਜਿੱਤ ਹਾਰ ਤਾਂ ਬਣੀ ਆਈ ਹੈ ਕਿਸੇ ਸੂਰਮੇ ਦੀ ਪੱਤ ਗਲੀਆਂ ਚ ਰੋਲਣ ਦਾ ਕੀ ਮਤਲਬ ਚੱਲ ਉਹ ਜਿਹੜੇ ਬਾਹਰ ਲੈਣ ਆਏ ਆ ਉਹਨਾਂ ਨੂੰ ਤਾਂ ਬਿੰਦ ਛੱਟ ਅੜੀਕ ਲਈਏ ਕਾਲੂ ਬੋਲਿਆ ਉਹ ਬਾਹਰ ਲੈਣ ਤਾਂ ਨਹੀਂ ਗਏ ਉਹ ਤਾਂ ਬਾਹਰ ਲੋਣ ਗਏ ਆ ਪਰਸੇ ਨੇ ਮੁਸਕਰਾ ਕੇ ਕਿਹਾ ਨਾਲੇ ਫਿਰ ਆਪਾਂ ਕਿਹੜਾ ਕਿਧਰੇ ਭੱਜੇ ਚੱਲੇ ਆ ਜਦੋਂ ਆਹ ਬਾਈ ਸੱਦਣਗੇ ਆ ਜਾਾਂਗੇ ਫਿਰ ਆਪਣੀਆਂ ਤਾਂ ਹੱਦਾਂ ਸਾਂਝੀ ਐ ਆਹ ਸੁਆਹੀ ਵਿਚਾਲੇ ਪੈਂਦਾ ਕਰਮਾ ਵਾਲਾ ਇਹ ਤੇਰੀ ਗੱਲ ਠੀਕ ਹੈ ਚੰਗਾ ਫਿਰ ਸੱਦ ਲਿਓ ਬਾਈ ਸਿਆ ਜਦੋਂ ਲੋਡ ਹੋਵੇ ਕਾਲੂ ਨੇ ਮੱਛਰ ਕੇ ਮੁਸ਼ਕਾਂ ਵਾਲਿਆਂ ਵੱਲ ਝਾਂਕਦਿਆਂ ਕਿਹਾ ਪਰ ਮੁਸ਼ਕਾਂ ਆਪੇ ਖਲੋਇਓ ਆ ਗਈ ਸਮਝ ਉਹਨਾਂ ਨੂੰ ਸੂਏ ਦੀ ਪਟੜੀ ਉੱਤੇ ਹੀ ਸਿਰ ਨਵਾਈ ਬੈਠੇ ਛੱਡ ਕੇ ਉਹ ਚਾਰੇ ਹੱਸ ਤੇ ਖੇਡਦੇ ਪਿੰਡ ਮੁੜ ਗਏ ਸੁਣਨ ਲਈ ਧੰਨਵਾਦ ਮਿਲਦੇ ਆ ਨੈਕਸਟ ਪਾਰਟ ਦੇ ਨਾਲ ਕਿਸੇ ਹੋਰ ਵੀਡੀਓ ਦੇ ਵਿੱਚ ਥੈਂਕ ਯੂ